ਕਦੀ ਬਾਜ਼ਾਂ ਅੱਗੇ ਲਾਲਾਂ ਜੀ ਤੁਸਾਂ ਵੇਖੀਆਂ ਚਿੜੀਆਂ ਖੰਘ ਦੀਆਂ ਕਸ਼ਮੀਰ ਸਾਡਾ ਔਰ ਲਵਾਂਗੇ ਕਸ਼ਮੀਰ ਇਨਸ਼ਾਅੱਲਾ ਸਾਡੇ ਤੇ ਮਜਾਇਦਾ ਨਹੀਂ ਇਹਨਾਂ ਨੂੰ ਮਾਰ ਛੱਡਣਾ ਕਸ਼ਮੀਰ ਅੱਜ ਵੀ ਸਾਡਾ ਤੇ ਕੱਲ੍ਹ ਵੀ ਸਾਡਾ ਬਸ ਜੰਗੀ ਉਸ ਤੋਂ ਇਲਾਵਾ ਕੋਈ ਹੱਲ ਨਹੀਂ ਅਸੀਂ ਨਹੀਂ ਪਿੱਛੇ ਹਟਦਾ ਦੇ ਕੌਮ ਕਦੀ ਬਾਜ਼ਾਂ ਅੱਗੇ ਲਾਲਾਂ ਜੀ ਤੁਸਾਂ ਵੇਖੀਆਂ ਚਿੜੀਆਂ ਖੰਘ ਦੀਆਂ ਇਹ ਨਬੀ ਦੀ ਪਿਆਰੀ ਉਮਤ ਏ ਇਹ ਅੱਲਾਹ ਕੋਲੋਂ ਮੰਗਦੀਆਂ ਤੁਸੀਂ ਇਕੱਠੇ ਕਰ ਲਓ ਬੇਰਾਂ ਨੂੰ ਨਾ ਛੇੜੋ ਸੁੱਤੇ ਸ਼ੇਰਾਂ ਨੂੰ ਅਸਾਂ ਮਾਰਿਆ ਤਿੰਨ ਤਿੰਨ ਤੇਰਾਂ ਨੂੰ ਅਸਾਂ ਵੇਖਿਆ ਤੇਰੇ ਦਲੇਰਾਂ ਨੂੰ ਪਾਕਿਸਤਾਨ ਜ਼ਿੰਦਾਬਾਦ ਸਾਨੂੰ ਅਸੀਂ ਤਾਂ ਹਰ ਵਕਤ ਤਿਆਰ ਹਾਂ ਖੁਦਾ ਦੀ ਕਸਮ ਮੈਂ ਤਾਂ ਆਪਣੇ ਘਰਦਿਆਂ ਨੂੰ ਮੁੰਡਿਆਂ ਨੂੰ ਵੀ ਕਹਿੰਦਾ ਕਿ ਪੁੱਤਰ ਚਲੋ ਉੱਥੇ ਚੱਲ ਕੇ ਉਹਨੂੰ ਮੋਦੀ ਦਾ ਜਿਹੜਾ ਨਾ ਗਲਤ ਨੇ ਮਕੜਨੀ ਮੋਦੀ ਦਾ ਸਿਰ ਭਾਰ ਛੜੀਏ ਯਕੀਨ ਜਾਣੋ ਕਿਉਂਕਿ ਮੋਦੀ ਨੇ ਜਿਹੜਾ ਨਾ ਇਹ ਚਾਹ ਇੱਕ ਵੇਚਦਾ ਇੱਥੇ ਆਇਆ ਤਾਂ ਚਾਹ ਵੇਚਦਾ ਸੀ ਸਾਨੂੰ ਤਾਂ ਪਤਾ ਮੈਂ ਸਾਨੂੰ ਮੈਨੂੰ 84 ਸਾਲ ਉਮਰ ਹੋ ਗਈ ਹੈ ਇੱਥੇ ਹਿੰਦੂ ਸਿੱਖ ਵੱਜਦੇ ਹਨ ਉਦੋਂ ਅੱਲਾਹ ਜਾਣਦੇ ਅਸੀਂ ਚਾਹੁੰਦੇ ਤਾਂ ਅਸੀਂ ਇਹਨਾਂ ਨੂੰ ਉਦੋਂ ਹਿੰਦੂਆਂ ਨੂੰ ਇੱਥੇ ਕੁੱਟਦੇ ਲੇਕਿਨ ਅਸੀਂ ਕੁਝ ਵੀ ਨਹੀਂ ਹਾਂ ਕਹਿੰਦੇ ਹੁਣ ਇਹਨਾਂ ਬਹੁਤ ਜ਼ੁਲਮ ਕਰਦੇ ਨੇ ਪਿਆ ਬਹੁਤ ਜ਼ੁਲਮ ਕਰਦੇ ਨੇ ਅਤੇ ਫਿਰ ਅਸੀਂ ਵੀ ਜਦੋਂ ਫਿਰ ਅਸਾਂ ਆ ਗਏ ਨਾ ਇਨਸ਼ਾਅੱਲਾ ਆਪਣੀ ਆਈ ਦੇ ਉੱਤੇ ਕਰਫੂਆ ਖੁੱਲ੍ਹਣ ਦਿਓ ਅਤੇ ਵੇਖਿਓ ਕੀ ਇਹਦਾ ਹਾਰ ਹੁੰਦਾ ਉਹ ਬਾਲ ਵਿੱਚ ਉਹਨਾਂ ਦੇ ਪਿਆ ਹੁੰਦਾ ਔਰਤਾਂ ਨਾਲ ਜ਼ੁਲਮ ਕਰਦੇ ਨੇ ਫਿਰ ਕੀ ਕੁਝ ਕਰਦੇ ਨੇ ਹੁਣ ਮੈਂ ਕਿਹੜੀਆਂ ਗੱਲਾਂ ਖੋਲ੍ਹਾਂ ਅਤੇ ਮਰਦਾਂ ਨੂੰ ਚੁੱਕ ਚੁੱਕ ਕੇ ਲੈ ਜਾਂਦੇ ਨੇ ਬੰਨ ਬੰਨ ਕੇ ਮਾਰਦੇ ਨੇ ਅਸੀਂ ਤਾਂ ਇਹ ਹੈ ਕਿ ਅੱਲਾਹ ਦੇ ਫਜ਼ਲ ਕਰਨ ਨਾਲ ਕਸ਼ਮੀਰ ਸਾਡਾ ਔਰ ਲਵਾਂਗੇ ਕਸ਼ਮੀਰ ਇਨਸ਼ਾਅੱਲਾ ਜਦੋਂ ਤੱਕ ਹਕੂਮਤ ਐਲਾਨ ਨਹੀਂ ਕਰਦੀ ਹੈ ਉਦੋਂ ਤੱਕ ਅਸੀਂ ਇਮਰਾਨ ਵੀ ਗਰਮ ਹੈ ਇਸ ਵੇਲੇ ਬੜਾ ਗਰਮ ਹੈ ਉਹ ਕਹਿੰਦਾ ਤੁਸੀਂ 27 ਤਰੀਕ ਤੱਕ ਦਾ ਇੰਤਜ਼ਾਰ ਕਰੋ ਫਿਰ ਮੈਂ ਦੁਨੀਆ 'ਤੇ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਟੁੱਟ ਬਾਰਡਰਾਂ 'ਤੇ ਜਾਂਦੀ ਹੈ ਅੱਲਾਹ ਦੇ ਫਜ਼ਲ ਕਰਮ ਨਾਲ ਸਾਡੇ 'ਤੇ ਮੁਜਾਹਿਦਾਂ ਨੇ ਇਹਨਾਂ ਨੂੰ ਮਾਰ ਛੱਡਣਾ ਯਕੀਨ ਜਾਣੋ ਇੰਨਾ ਮੁਜਾਹਿਦ ਨਾ ਕਿ ਉਹਨਾਂ ਨੇ ਇਹਨੂੰ ਮੋਦੀ ਨੂੰ ਸਾਰਾ ਨਾ ਬੰਨ ਕੇ ਨਾ ਮਾਰਨਾ ਸਾਰਾ ਹਿੰਦੂਆਂ ਨੂੰ ਅੱਲਾਹ ਦੇ ਫਜ਼ਲ ਕਰ ਇਨਸ਼ਾਅੱਲਾ ਕਸ਼ਮੀਰ ਸਾਡਾ ਔਰ ਲੈ ਕੇ ਛੱਡਾਂ ਨੇ ਹੁਣ ਇਨਸ਼ਾਅੱਲਾ ਨਾ ਨੇ ਹੁਣ ਉਸ ਕੰਜੇ 'ਚ ਆਇਆ ਜਿੰਨਾ ਉਹਨੇ ਕੀਤਾ ਨਾ ਅੱਜ 45 ਦਿਨ ਕਿੰਨਵਾਂ ਦਿਨ ਜਿੰਨਾ ਪਿਆ ਕਰਦੇ ਉਨੇ ਕੜਾਈਏ ਦੇ ਵਿੱਚ ਆਉਂਦਾ ਪਿਆ ਜਿੰਨਾ ਜ਼ੁਲਮ ਹੋਏ ਉਨਾ ਹੀ ਬਾਅਦ ਜਿਹੜਾ ਨਾ ਉਹ ਚੀਜ਼ ਜ਼ੁਲਮ ਦੇ ਵਿੱਚ ਤੁਹਾਨੂੰ ਪਤਾ ਨਹੀਂ ਤਿਉਹਾਰ ਹੁੰਦੀ ਹੈ ਅੱਲਾਹ ਪਾਕ ਨੂੰ ਵੀ ਇਨਸ਼ਾਅੱਲਾ ਇਹਨਾਂ ਚੀਜ਼ਾਂ ਨੂੰ ਨਹੀਂ ਪਸੰਦ ਜਿਹੜੇ ਜ਼ੁਲਮ ਕਰਨ ਵਾਲੇ ਹੁੰਦੇ ਨੇ ਠੀਕ ਹੈ ਕਿ ਨਹੀਂ ਤੁਸੀਂ ਮੌਜੂਦਾ ਹਕੂਮਤੀ ਪੋਲੀਸੀਆਂ ਤੋਂ ਜਰਨ ਮੁਤਮਿਨ ਹੋ ਜੀ ਇਨਸ਼ਾਅੱਲਾ ਅੱਲਾਹ ਦੇ ਫਿਰ ਠੀਕ ਹੈ ਐਵੇਂ ਪਏ ਅਸੀਂ ਕਿਉਂ ਕਹੀਏ ਕਿ ਠੀਕ ਹੈ ਕਰਦਾ ਪਿਆ ਠੀਕ ਹੈ ਹੁਣ ਕਈ ਕਹਿੰਦੇ ਨੇ ਨਹੀਂ ਠੀਕ ਹੈ ਅਸੀਂ ਕਹਿੰਦੇ ਹਾਂ ਕਰ ਲਿਆ ਉਹ ਕੌਣ ਕਹਿੰਦੇ ਨੇ ਜਿਹੜਾ ਉਹ ਬਲਾਵਲ ਸ਼ਾਹ ਭਲੀ ਲੱਗਦੇ ਨੇ ਜੀ ਵਹਿਣ ਜੇ ਜੀ ਇਹ ਉਹ ਕਹਿ ਕੇ ਗਿਆ ਕਿ ਮੇਰੇ ਮਗਰੋਂ ਅਗਰ ਕਿਸੇ ਨੇ ਉੱਥੇ ਹਿੰਦੂਆਂ ਨੂੰ ਛੇੜਿਆ ਜਿਹੜੇ ਉੱਥੇ ਨੇ ਸਿੰਧ ਦੇ ਵਿੱਚ ਤਾਂ ਮੇਰੇ ਜਿਹਾ ਕੋਈ ਬੁਰਾ ਨਹੀਂ ਜੇ ਪੇਸ਼ ਆ ਉਹ ਪਤਾ ਕਿਉਂ ਛੇੜਦੇ ਨੇ ਕਿ ਉੱਥੇ ਇਸਲਾਮ ਦੇ ਉੱਥੇ ਹੋਣਾ ਨਾ ਜਲਾਸ ਅਤੇ ਉੱਥੇ ਕਹਿਣ ਕੇ ਜੇ ਵੇਖੋ ਉਹਨਾਂ ਦੇ ਹਿੰਦੂਆਂ ਦੇ ਨਾਲ ਵੇਖੋ ਉੱਥੇ ਉੱਥੇ ਕੀ ਕਰਦੇ ਨੇ ਪਾਕਿਸਤਾਨ ਦੇ ਵਿੱਚ ਇਹ ਜਾਣ ਕੇ ਛੇੜਾ ਛੜੇ ਕਰ ਦੇਣਗੇ ਲੇਕਿਨ ਅਸੀਂ ਕਸ਼ਮੀਰ ਲਾਹਦੇ ਇਨਸ਼ਾਅੱਲਾ ਅੱਲਾਹ ਦੇ ਫਜ਼ਲ ਕਰਨ ਮੇਰੇ 2 ਪੁੱਤਰ ਨੇ ਉਹ ਤੁਹਾਡੇ ਨਾਲ ਜਵਾਨ ਹੀ ਤੁਹਾਡੇ ਕੋਲ ਉਹ ਕਹਿੰਦੇ ਰੱਬੂ ਜਿਹੜੇ ਵੇਲੇ ਕਹੋ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਮੈਂ ਜੰਮੂ ਜਾਂਦਾ ਰਿਹਾ ਵਾਂ ਆਪਣੀ ਵਾਲਦਾ ਨਾਲ ਮੈਂ ਜੰਮੂ ਜਾਂਦਾ ਰਿਹਾ ਥੋੜ੍ਹਾ ਜਿਹਾ ਹੁੰਦਾ ਅਤੇ ਜੰਮੂ 'ਤੇ ਇੱਥੇ ਹਿੰਦੂ ਸਿੱਖ ਹੀ ਹੁੰਦੇ ਹਨ ਮੈਂ ਕਹਿੰਦਾ ਅੰਮਾ ਜੀ ਇਹ ਸਾਰੇ ਹਿੰਦੂ ਸਿੱਖ ਕਹਿੰਦੇ ਤੋ ਅਸੀਂ ਉਹਨਾਂ ਨੂੰ ਕੁਝ ਨਹੀਂ ਸਕਦੇ ਅਸਾ ਤੇ ਇਹ ਜਿਹੜਾ ਤੁਸੀਂ ਦੇਖਦੇ ਹੋ ਤੁਸੀਂ ਕਹਿੰਦੇ ਭਈ ਬਲਾਵਲ ਜਿਹੜਾ ਕਰਨ ਡੇ ਨੇ ਲੇਕਿਨ ਇਹ ਰਾਜਾ ਫਰੂਕ ਹੈਦਰ ਸਾਹਿਬ ਜਿਹੜੇ ਕਿ ਕਸ਼ਮੀਰ ਦੇ ਵਜ਼ੀਰ ਆਜ਼ਮ ਨੇ ਠੀਕ ਹੈ ਉਹ ਇਹ ਗੱਲ ਕਹਿ ਰਹੇ ਨੇ ਭਈ ਹਕੂਮਤ ਨੂੰ ਜਿਹੜਾ ਨਾ ਹੁਣ ਹਮਲਾ ਕਰ ਦੇਣਾ ਚਾਹੀਦਾ ਜਿਹੜਾ ਨਾ ਇਨਸ਼ਾਅੱਲਾ ਅੱਲਾਹ ਦੇ ਫਜ਼ਲੋ ਕਰਾਂਗੇ ਲੇਕਿਨ ਇਹ ਜਰਾ ਹੁਣ ਜਰਾ ਹੋਰ ਕਰਵੇ ਤੈਨੂੰ ਲੈ ਲਈਏ ਨਾ ਇਹਨੂੰ ਹੁਣ ਪਈ ਹੈ ਮੁਸੀਬਤ ਪਈ ਹੈ ਇਹਨੂੰ ਹੁਣ ਮੁਸੀਬਤ ਪਈ ਹੈ ਕਿ ਤਾਂ ਕਿਸੇ ਨੇ ਇੰਨੇ ਸਾਲਾਂ ਦਾ ਛੇੜਿਆ ਹੀ ਨਹੀਂ ਸੀ ਇਹਦਾ ਕਦਮ ਸ਼ਿਮਲੇ ਮਾਦੇ ਯੇ ਵੋ ਸਾਰਾ ਕੁਝ ਹੁਣ ਇਹਨੂੰ ਪਈ ਹੈ ਹੁਣ ਇਹਨੂੰ ਇਹਨੇ ਨੱਥ ਪਾਣੀ ਹੈ ਅੱਲਾਹ ਦੇ ਫਜ਼ਲ ਕਰਨ ਨਾਲ ਨੱਥ ਪਾ ਦੇ ਮੈਂ ਵੀ ਮੁਹੰਮਦ ਸਰ ਤਾਇਆ ਜੀ ਇੱਥੇ ਬਾਜ਼ਾਰ 'ਚ ਕਹਿੰਦੇ ਨੇ ਸਾਰੇ ਤਾਇਆ ਜੀ ਸਭ ਕਹਿੰਦੇ ਨੇ ਸਾਰੇ ਗਾਹਕ ਸਭ ਜੰਮੂ ਤੱਕ ਦਾ ਪਤਾ ਤਾਇਆ ਜੀ ਇਨਸ਼ਾਅੱਲਾ 84 ਸਾਲ ਮੇਰੀ ਉਮਰ ਇਹ ਸਿੱਖਾਂ ਕੋਲ ਮੈਂ ਪੜ੍ਹਦਾ ਹੁੰਦਾ ਉਹ ਫਿਰ ਵੀ ਚੰਗੇ ਨੇ ਉਹ ਯਕੀਨ ਨਾਲੋਂ ਚੰਗੇ ਨੇ ਮੇਰਾ ਉਸਤਾਦ ਸੀ ਚੌਥੀ 'ਚ ਪੜ੍ਹਦਾ ਹਾਂ ਅਤੇ ਸਿੱਖ ਸੀ ਕਰਤਾਰ ਸਿੰਘ ਜੀ ਮੇਰਾ ਉਸਤਾਦ ਲੇਕਿਨ ਹਿੰਦੂ ਜਿਹੜੇ ਨੇ ਨਾ ਇਹਨਾਂ ਨੂੰ ਇੱਕ ਵਾਰੀ ਨੱਥ ਪਾਣੀ ਪਾਣੀ ਅੱਲਾਹ ਦੇ ਇੱਕ ਕੁਦਰਤ ਵੱਲੋਂ
ਆਜ਼ਾਦੀ ਮਿਲਣ ਵਾਲੀ ਉਸ ਹਵਾਲੇ ਨਾਲ ਵੀ ਆਜ਼ਾਦੀ ਅਸੀਂ ਦਿਆਂਗੇ ਕਿਉਂਕਿ ਸਾਡਾ ਵੇਖੋ ਨਾ ਅਸੀਂ ਉੱਥੇ ਜਾਂਦੇ ਹਾਂ ਕਿ ਨਹੀਂ ਹਜ਼ੂਰ ਪਾਕ ਦੇ ਰੋਜ਼ੇ ਤੇ ਜਾਂਦੇ ਉਸ ਤਰ੍ਹਾਂ ਇਹਨਾਂ ਨੇ ਵੀ ਅਸਾਂ ਕਿਉਂ ਬਣਾਇਆ ਅਸੀਂ ਉਹਨਾਂ ਨੂੰ ਵੀ ਔਰ ਉਹਨਾਂ ਦਾ ਵੀ ਹੈ ਉੱਥੇ ਆਉਣ ਦਾ ਉਹਨਾਂ ਨੂੰ ਵੀ ਅੱਲਾਹ ਦੇ ਫਜ਼ਲੋ ਕਰਨਾ ਸਾਡੇ ਨਾਲ ਉਹ ਸਾਡੇ ਸੀਨਾ ਬਸੀਨਾ ਵੇਖੋ ਕਿਸ ਤਰ੍ਹਾਂ ਪਏ ਉੱਥੇ ਕਰਦੇ ਨੇ ਲੰਡਨ ਦੇ ਵਿੱਚ ਕਰਦੇ ਨਾ ਸਿੱਖ ਕਿਸ ਤਰ੍ਹਾਂ ਕਰਦੇ ਨੇ ਪਏ ਸਾਡੇ ਦੋ ਬੇਟੇ ਨੇ ਉੱਥੇ ਲੰਡਨ ਉਹ ਦੱਸਦੇ ਨੇ ਕਹਿੰਦੇ ਨੇ ਕਿ ਅੱਬੂ ਜੀ ਇਸੇ ਤਰ੍ਹਾਂ ਜੋ ਦਮਾਦ ਨੇ ਸਾਡੇ ਇਸ ਤਰ੍ਹਾਂ ਉੱਥੇ ਸਿੱਖ ਜਿਹੜੇ ਨੇ ਸੀਨਾ ਬਸੀਨਾ ਤਾੜ ਕੇ ਉੱਥੇ ਜਲਸੇ ਜਲੂਸ ਉਹਦੇ ਖਿਲਾਫ਼ ਮੂਜੀ ਰਹੇ ਮੂਜੀ ਕੀ ਚੀਜ਼ ਹੈ ਹਰਾਮ ਦੇ ਨਾਲ ਸਰ ਚਾਹ ਵੇਚਣ ਵਾਲੇ ਇੱਕ ਮੋਦੀ ਹੈ ਉਹ ਇਹਨਾਂ ਅੱਗੇ ਕੀ ਹੈ ਅਤੇ ਮੁਸਲਮਾਨ ਦਾ ਜਿਹੜਾ ਜਜ਼ਬਾ ਹੈ ਅੱਲਾਹ ਦੇ ਇਮਾਨ ਹੈ ਸੀਨੇ ਦੇ ਵਿੱਚ ਜਨਾਬ ਜਿਸ ਤਰ੍ਹਾਂ ਉਹ ਜ਼ੁਲਮ ਪੇ ਕਰਦੇ ਨੇ ਸਾਡੇ ਮੁਸਲਮਾਨ ਭੈਣ ਭਾਈਆਂ ਦੇ ਉੱਤੇ ਬੱਚਿਆਂ ਦੇ ਉੱਤੇ ਮੇਰਾ ਖਿਆਲ ਇਹ ਸੋਚਣਾ ਨਹੀਂ ਚਾਹੀਦਾ ਸਹਿ ਸਹਿ ਕੇ ਜੋ ਅਸਾਂ ਆਪਣੇ ਭੈਣਾਂ ਭਰਾ ਗੁਆਉਣੇ ਨੇ ਅਤੇ ਫਿਰ ਇੱਕ ਦੋ ਤਿੰਨ ਫਿਰ ਕੰਮ ਕਰ ਛੱਡਣਾ ਚਾਹੀਦਾ ਜੇ ਸਾਡੇ ਨਸੀਬਾਂ 'ਚ ਹੋਏਗਾ ਤਾਂ ਅਸੀਂ ਲੈ ਲਾਂਗੇ ਜੇ ਉਹਨਾਂ 'ਚ ਹੋਏਗਾ ਤਾਂ ਉਹ ਲੈ ਲੈਣਗੇ ਬਾਕੀ ਅਸੀਂ ਤਾਂ ਇੰਨੀ ਚੀਜ਼ ਜਾਣਦੇ ਹਾਂ ਕਿ ਅੱਲਾਹ ਤਾਲਾ ਨੇ ਜਿਹੜੀ ਕਿਤਾਬ ਸਾਡੇ ਉੱਤੇ ਕੁਰਾਨੇ ਪਾਕ ਭੇਜਿਆ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਹਰ ਕਾਫਰ ਮੁੱਕ ਜਾਏਗਾ ਇਸਲਾਮ ਖਤਮ ਨਹੀਂ ਹੋਏਗਾ ਇਸਲਾਮ ਆਖਰੀ ਦਮ ਤੱਕ ਜ਼ਿੰਦਾ ਰਹੇਗਾ ਅਤੇ ਇਨਸ਼ਾ ਅੱਲਾਹ ਤਾਲਾ ਕਸ਼ਮੀਰ ਅੱਜ ਵੀ ਸਾਡਾ ਅਤੇ ਕੱਲ੍ਹ ਵੀ ਸਾਡਾ ਜਿੰਨਾ ਮਰਜ਼ੀ ਮੋਦੀ ਜ਼ੋਰ ਲਾ ਲਏ ਕਸ਼ਮੀਰ ਨਹੀਂ ਸਾਡੇ ਕੋਲ ਖੋ ਸਕਦਾ ਅਸੀਂ ਆਪਣੀ ਜਾਨ ਦੇ ਸਕਦੇ ਹਾਂ ਕਸ਼ਮੀਰ ਨਹੀਂ ਦੇ ਸਕਦੇ ਹਾਲੇ ਜਿਹੜੀ ਹਕੂਮਤੀ ਪੋਲਿਸੀਆਂ ਨੇ ਉਹਨਾਂ ਤੋਂ ਮੁਤਮਿਨ ਹੋ ਤੁਸੀਂ ਹਕੂਮਤੀ ਜਿਹੜੀਆਂ ਪਾਲਿਸੀਆਂ ਨੇ ਭਾਈਜਾਨ ਉਹਦੇ ਤੋਂ ਕੀ ਮੁਤਮਿਨ ਹੋਣਾ ਅੱਧੇ ਅੱਧੇ ਘੰਟੇ ਬਾਅਦ ਤਾਂ ਇਹਨਾਂ ਦੀਆਂ ਪਾਲਿਸੀਆਂ ਚੇਂਜ ਹੁੰਦੀਆਂ ਨੇ ਉਹ ਤੋਂ ਬੰਦਾ ਕੀ ਮੁਤਮਿਨ ਹੋਏ ਹਾਂ ਜਾਂ ਤਾਂ ਸਾਰੇ ਇੱਕ ਪੇਜ ਦੇ ਉੱਤੇ ਟੁਰ ਪੈਂਦੇ ਇਸ ਟਾਈਮ ਕਿ ਇਹ ਭੁੱਲ ਜਾਣ ਕਿ ਮੈਂ ਮੁਸਲਿਮ ਲੀਗੀ ਹਾਂ ਮੈਂ ਪੀਪਲ ਪਾਰਟੀ ਮੇਰੀ ਫਲਾਣੀ ਜਮਾਤ ਫਲਾਣੀ ਜਮਾਤ ਇਹ ਟਾਈਮ ਇਹ ਹੱਕ ਸਾਡੇ ਮੁਸਲਮਾਨ ਜੇ ਅਸੀਂ ਹੋਈਏ ਨਾ ਤਾਂ ਸਾਡਾ ਇਸ ਟਾਈਮ ਇਹ ਹੱਕ ਨਹੀਂ ਬਣਦਾ ਸਾਡਾ ਇਸ ਟਾਈਮ ਇਹ ਹੱਕ ਬਣਦਾ ਹੱਥਾਂ ਦੇ ਵਿੱਚ ਹੱਥ ਪਾ ਕੇ ਅਤੇ ਇੱਕ ਜਮਾਤ ਇੱਕ ਤਰਫਾ ਹੋ ਕੇ ਟੁਰਨਾ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਕਿ ਇਹ ਕੰਮ ਖਰਾਬ ਹੈ ਇਹਨਾਂ ਨੂੰ ਛੇੜਾਂਗੇ ਅਤੇ ਪਛਤਾਵਾਂਗੇ ਅਤੇ ਤੁਸੀਂ ਕੀ ਸਮਝਦੇ ਹੋ ਅਗਰ ਅਸੀਂ ਇਹ ਜੰਗ ਜਿਹੜੀ ਹੈ ਕਸ਼ਮੀਰੀ ਆਵਾਮ ਲਈ ਅੱਜ ਨਾ ਲੜੀ ਤਾਂ ਕੱਲ੍ਹ ਨੂੰ ਸਾਨੂੰ ਇਹ ਜੰਗ ਪਾਣੀ ਲਈ ਪਾਕਿਸਤਾਨ 'ਚ ਨਹੀਂ ਲੜਨੀ ਪਏਗੀ ਕੱਲ੍ਹ ਕੀ ਮੇਰਾ ਖਿਆਲ ਹੈ ਜਨਾਬ ਇਹ ਜੇ ਹੁਣ ਨਾ ਫੜੀ ਗਿਆ ਤਾਂ ਜਾਂ ਹੁਣ ਇਹਨਾਂ ਦੇ ਉੱਤੇ ਹੈਵੀ ਨਾ ਅਸੀਂ ਹੋਏ ਅਤੇ ਆਉਣ ਵਾਲੇ ਵਕਤਾਂ ਦੇ ਵਿੱਚ ਜਿਹੜੀ ਸਾਡੀ ਆਉਣ ਵਾਲੀ ਨਸਲ ਹੈ ਨਾ ਉਹ ਵੀ ਜਿਹੜਾ ਨਾ ਇਹਨਾਂ ਦੀ ਗੁਲਾਮ ਹੀਰ ਹੋ ਜਾਏਗੀ ਜੇ ਤਾਂ ਇਮਰਾਨ ਖਾਨ ਸਾਹਿਬ ਨੇ ਨਾ ਸੋਚਿਆ ਕਸ਼ਮੀਰ ਦੇ ਬਾਰੇ ਦੇ ਵਿੱਚ ਇਸ ਟਾਈਮ ਸਾਡੀਆਂ ਜਮਾਤਾਂ ਨੇ ਨਾ ਸੋਚਿਆ ਤਾਂ ਇੱਕ ਟਾਈਮ ਉਹ ਆਏਗਾ ਕਿ ਸਾਡੇ ਉੱਤੇ ਵੀ ਉਹ ਹੈਵੀ ਹੋ ਜਾਏਗਾ ਯਾਨੀ ਕਿ ਸਾਨੂੰ ਹੁਣ ਜਰਾ ਇੰਡੀਆ 'ਤੇ ਹਮਲਾ ਕਰ ਦੇਣਾ ਚਾਹੀਦਾ ਕਸ਼ਮੀਰ ਇਸ ਟਾਈਮ ਸੋਚਣਾ ਨਹੀਂ ਚਾਹੀਦਾ ਜੋ ਹੁੰਦਾ ਉਹ ਕਰ ਛੱਡਣਾ ਚਾਹੀਦਾ ਕਿ ਇਹ ਪਿਆ ਸੋਚਦੇ ਨੇ ਕਿ ਉਹ ਪਹਿਲਾਂ ਮਜ਼ਾਇਲ ਮਾਰੇ ਅਤੇ ਫਿਰ ਅਸੀਂ ਮਾਰਾਂਗੇ ਉਹਦੇ ਨਾਲ ਸਾਨੂੰ ਚਾਹੀਦਾ ਕਿ ਪਹਿਲਾਂ ਹੀ ਕੰਮ ਕਰ ਛੱਡਣਾ ਚਾਹੀਦਾ ਮਜ਼ਾਇਲਾਂ ਵਾਲੀ ਜੰਗ ਤਾਂ ਹੋਣੀ ਵੀ ਨਹੀਂ ਹੈ ਦੂਜੀ ਜੰਗ ਹੀ ਹੋਣੀ ਤਾਂ ਮੁੱਕਣਾ ਚਾਹੀਦਾ ਕੰਮ ਭਾਈਜਾਨ ਜਿਹੜਾ ਹੈ ਹਾਂ ਮੁਜਾਹਿਦੀਨ ਅਤੇ ਭਾਈਜਾਨ ਜਾਣੇ ਚਾਹੀਦੇ ਨੇ ਅਤੇ ਐਂਡੇ ਦੇ ਉੱਤੇ ਇੱਕ ਸ਼ੇਰ ਬੋਲਾਂਗਾ ਮੈਂ ਅਤੇ ਖਤਮ ਕਰਾਂਗਾ ਮੈਂ ਕਹਿੰਦਾ ਦੂਸਰੇ ਦਿਨ ਦੇਖਣਾ ਚਾਹੀਦਾ ਅੱਜ ਹੀ ਹਮਲਾ ਕਰਦੇ ਹੋ ਐਡਾ ਕੋਈ ਮਸਲਾ ਨਹੀਂ ਮਸਾਂ ਅਸੀਂ ਮੁਸਲਮਾਨ ਮਰਨ ਨੂੰ ਤਿਆਰ ਹਾਂ ਤੁਹਾਨੂੰ ਜ਼ਿਆਦਾ ਦਿਓ ਅਸੀਂ ਜਾਣ ਨੂੰ ਤਿਆਰ ਹਾਂ ਕੋਈ ਮਸਲਾ ਨਹੀਂ ਲੇਕਿਨ ਹਮ ਤਾਂ ਜਾਣੇ ਕੋ ਤਿਆਰ ਨੇ ਲੇਕਿਨ ਜਦ ਤੱਕ ਹਕੂਮਤ ਐਲਾਨ ਨਾ ਕਰੇ ਹਮ ਕੁਛ ਅਕੇਲੇ ਕੁਛ ਵੀ ਨਹੀਂ ਕਰ ਸਕਦੇ ਨਾ ਹਕੂਮਤ ਨੂੰ ਐਲਾਨ ਕਰਨਾ ਚਾਹੀਦਾ ਨਾ ਕਰੇ ਅਸੀਂ ਨਾਲ ਨਾ ਸਭ ਦੇ ਅਸੀਂ ਨਹੀਂ ਪਿੱਛੇ ਹਟਣਾ ਦੇ ਕੌਮ ਇਨਸ਼ਾ ਅੱਲਾਹ ਤਾਲਾ ਨਾਲ ਪੂਰਾ ਸਾਥ ਦਿਆਂਗੇ ਕਸ਼ਮੀਰੀਆਂ ਦਾ ਕਿਆ ਹਕੂਮਤ ਕੀ ਪਾਲਿਸੀਆਂ ਸੇ ਮੁਤਮਿਨ ਉਹ ਹਕੂਮਤ ਨੂੰ ਅਸੀਂ ਪਿੱਛੇ ਅਸੀਂ ਨਹੀਂ ਹਕੂਮਤ ਸ਼ੁਮਨ ਦੇਖਦੇ ਸਾਨੂੰ ਬਸ ਕਸ਼ਮੀਰੀਆਂ ਦੀ ਆਜ਼ਾਦੀ ਚਾਹੀਦੀ ਸਾਨੂੰ ਉਸ ਤੋਂ ਇਲਾਵਾ ਕੋਈ ਚੀਜ਼ ਨਹੀਂ ਹੈ ਅਸੀਂ ਮੁਸਲਮਾਨ ਹਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿਹੜੇ ਨਾ ਉਹਨਾਂ ਦਾ ਜਿਹੜਾ ਦਰਦ ਵੰਡੀਏ ਜੋ ਹੈਗਾ ਦੇਖੀ ਜਾਏਗੀ ਫਿਰ ਕਸ਼ਮੀਰ ਦੀ ਆਜ਼ਾਦੀ ਲਈ ਹਮੇ ਕਿਆ ਇਕਦਾਮਾਤ ਫੌਰੀ ਉਠਾਉਣੇ ਚਾਹੀਦੇ ਬਸ ਇਹ ਜੰਗ ਹੀ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਜੰਗ ਹੈ ਤਾਂ ਜਿਹੜਾ ਮੋਦੀ ਨੇ ਹੋਰ ਕੋਈ ਦਬਾਅ ਨਹੀਂ ਸਮਝਣੀ ਸਵਾਏ ਇਸ ਤੋਂ ਤੋ ਕਿਆ ਕਿਆ ਆਪ ਸਮਝਤੇ ਹੈ ਕਿ ਅਗਰ ਆਜ ਹਮਨੇ ਕਸ਼ਮੀਰ ਕੀ ਜੰਗ ਜੋ ਹੈ ਵੋ ਕਸ਼ਮੀਰ ਮੇਂ ਨਾ ਲੜੀ ਤੋ ਕਿਆ ਕੱਲ ਕੋ ਯਹੀ ਜੰਗ ਹਮੇ ਸਿਆਲਕੋਟ ਨਾਰਵਾ ਔਰ ਲਾਹੌਰ ਮੇਂ ਨਹੀਂ ਲੜਨੀ ਪੜੇਗੀ ਅੱਲਾ ਦੇ ਬੰਦੇ ਤੁਸੀਂ ਜਿਹੜੇ ਨਾ ਫਾਹਦ ਹਾਲੀ ਜੰਗ ਹੈ ਹੋਰ ਕੋਈ ਹੱਲ ਨਹੀਂ ਠੀਕ ਹੈ ਅੱਜ ਜੰਗ ਨਾਲ ਲੜੀ ਤਾਂ ਫਿਰ ਕਭੀ ਵੀ ਨਹੀਂ ਠੀਕ ਹੈ ਕਭੀ ਨਹੀਂ ਐਤ ਬੜੇ ਲੇਟ ਕਰਨ ਡੇ ਨੇ ਸਭ ਸਾਡੇ ਬਾਅਦ ਚੋ ਇਹ ਹੁਣੇ ਕਰਦੀ ਹੈ ਜਿੰਨਾ ਉੱਥੇ ਜ਼ੁਲਮ ਕਰਨ ਡੇ ਨੇ ਇੰਤਹਾ ਤੋਂ ਜ਼ਿਆਦਾ ਜ਼ੁਲਮ ਹੈ ਜ਼ਿਆਦਤੀ ਹੈ ਬਹੁਤ ਸਖ਼ਤ ਜ਼ਿਆਦਤੀ ਹੈ ਯਾਨੀ ਕਿ ਤੁਸੀਂ ਵਕਤੀ ਹਕੂਮਤੀ ਜਿਹੜੀ ਆ ਪਾਲਿਸੀਆਂ ਉਹਨਾਂ ਤੋਂ ਮੁਤਮਿਨ ਹੋ ਕੇ ਨਹੀਂ ਇਹ ਕੁਝ ਕਰਦੇ ਹੀ ਨਹੀਂ ਪਏ ਉਹਨਾਂ ਦੇ ਬਾਰੇ 'ਚ ਪਤਾ ਨਹੀਂ ਹੋਣਗੇ ਟਰੰਪ ਦੀ ਗੱਲ ਮੰਨਣੀ ਨੇ ਜਾਂ ਘਰੇ ਜਾਣਾ ਨੇ ਉੱਥੇ
ਉਹਨੇ ਤਾਂ ਕਹਿਣਾ ਰਹਿਣ ਦਿਓ ਕੋਈ ਗੱਲ ਨਹੀਂ, ਉਹ ਬੜੇ ਚਿਰ ਦਾ ਲਮਕਾਇਆ ਦਾ ਟਰੱਕ ਦੀ ਪੱਤੀ ਪਿੱਛੇ ਲਾਇਆ ਰਹਿ ਇਹਨਾਂ ਨੂੰ, ਇਹ ਕੋਈ ਗੱਲ ਹੋਣੀ ਹੁਣ ਵੀ ਹੁਣ ਕੀ ਹੋ ਸਕਦਾ, ਲੇਕਿਨ ਜ਼ਿਆਦਤੀ ਹੈ ਇੰਨੇ ਦਿਨਾਂ ਦਾ ਉਹਨਾਂ ਨੂੰ ਅੰਦਰਾਂ 'ਚ ਡੱਕਿਆ ਤਾਂ ਵਿਚਾਰਿਆਂ ਨੂੰ, ਕਿੱਥੋਂ ਦਵਾਈ ਲੈਂਦੇ ਹੋਣਗੇ, ਕਿੱਥੋਂ ਰੋਟੀ ਖਾਂਦੇ ਹੋਣਗੇ, ਸਾਡੇ ਨਾਲ ਹੋਏ ਤਾਂ ਸਾਨੂੰ ਪਤਾ ਲੱਗੇ ਕੀ ਖਿਆਲ ਹੈ। ਕਸ਼ਮੀਰ ਦੀ ਆਵਾਮ ਲਈ ਨਾ ਲੜੀ ਤੇ ਕੱਲ ਨੂੰ ਸਾਨੂੰ ਇਹੀ ਜੰਗ ਸਿਆਲਕੋਟ ਨਾਰੋਵਾਲ ਤੇ ਲਾਹੌਰ ਜੀ ਨੇ ਲੜਨੀ ਪਏਗੀ, ਲੜਨੀ ਪੈਣੀ ਹੈ ਜੀ, ਇਹ ਤਾਂ ਲੜਨੀਆਂ ਹੀ ਪੈਣੀ ਹੈ, ਕੀ ਲੜਾਈ ਹੋਈ ਇਹਦਾ ਹੱਲ ਹੈ, ਦੋ ਜੰਗਾਂ ਜਿਹੜੀਆਂ ਹੋਈਆਂ ਨੇ ਨਾ ਅੱਗੇ ਉਹਨਾਂ ਨੂੰ ਸ਼ਿਕਸ਼ਤੀ ਹੋਈ ਹੈ ਹਿਸਾਬ ਨਾਲ, ਲੇਕਿਨ ਉਹਨਾਂ ਨੂੰ ਚਵਿੰਡੇ ਵਾਲਾ ਯਾਦ ਹੋਣਾ ਚਾਹੀਦਾ ਸੀਨ, ਜਿਸ ਤਰ੍ਹਾਂ ਗਏ ਹਾਂ ਜਵਾਨ ਉਹਨਾਂ ਦਾ ਆਇਆ ਨਾ ਨੱਸ ਗਿਆ ਪਿੱਛਾ, ਆਪਣੇ ਟੈਂਕ ਵੀ ਛੱਡ ਕੇ ਟੁਰ ਗਏ ਨੇ, ਇੱਕ ਟੈਂਕ ਉੱਤੇ ਪਿਆ ਤਾ, ਜਾ ਕੇ ਵੇਖ ਲਓ ਭਾਵੇਂ ਦੇਖਿਆ ਤਾ ਜੇ ਨਾ ਆਪ ਬਸ ਇਹਨੂੰ ਟੈਂਕ ਨੂੰ ਯਾਦ ਰੱਖ ਕੇ ਅਤੇ ਇਹਨੂੰ ਯਾਦ ਕਰਨਾ ਚਾਹੀਦਾ, ਬਾਕੀ ਗੱਲਾਂ ਮੁੰਡੇ ਕੋਲ ਪੁੱਛ ਲਓ।